कंगना रनौत दे ट्वीट नूं नहीं देनी चाहीदी हवा। भाई अमृतपाल सिंह पिंड पहुविंड दी दाना मंडी तो खालसा वहीद दी हुई शुरुआत। वारस पंजाब दे मुखी भाई अमृतपाल सिंह दी योग अगवाई हेठ पिंड पहुविंड दी दाना मंडी तो खालसा वहीर दी शुरुआत हुई है, जो कि देर शाम विधानसभा हलका खेमकरण पूरा कोहना दे गुरुद्वारा धन धन शहीद संत बाबा करतार सिंह जी विखे होवेगी समाप्त। ਇਹ ਖਾਲਸਾ ਵਹੀਰ ਪਹੂ ਵਿੰਡ ਤੋਂ ਭਿੱਖੀ ਵਿੰਡ ਅਲਗੋ ਕੋਠੀ ਅਮਰਕੋਟ ਤੋਂ ਹੁੰਦੇ ਹੋਏ ਪਿੰਡ ਪੂਰਾ ਕੋਹਣਾ ਵਿਖੇ ਪਹੁੰਚੀ। ਦੱਸ ਦਈਏ ਕਿ ਖਾਲਸਾ ਵਹੀਰ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਨਿਹੰਗ ਸਿੰਘ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਖਾਲਸਾ ਵਹੀਰ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। ਖਾਲਸਾ ਵਹੀਰ ਜਿਹੜਾ ਹੈ ਇਹ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਚੱਲ ਰਹੇ ਹਾਂ। ਅੱਜ ਸ਼ਾਮ ਨੂੰ ਭੂਰੇ ਕੋਨੇ ਪਿੰਡ ਜਿਹੜਾ ਸੰਤ ਕਰਤਾਰ ਸਿੰਘ ਪੰਡਾਣੇ ਦਾ ਜਨਮ ਸਥਾਨ ਹੈ ਉੱਥੇ ਯਾਤਰਾ ਸਮਾਪਤ ਹੋਣੀ ਹੈ ਵਹੀਰ। ਉੱਥੇ ਫਿਰ ਜਾ ਕੇ ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੈ ਸੰਤਾਂ ਨੂੰ ਸ਼ਾਮ ਦੇ ਦੀਵਾਨਾਂ 'ਚ ਜਿਹੜਾ ਵਾ ਆਜੀਵਨ। ਔਰ ਜਿਹੜੇ ਅੰਮ੍ਰਿਤ ਸੰਚਾਰ ਕਿਹੜੇ ਨੇ ਉਹ ਕੱਲ੍ਹ ਕੀਤਾ ਜਾਊਗਾ ਕੱਲ੍ਹ ਸਵੇਰੇ? ਅਤੇ ਹੋਰ ਜੇ ਗੱਲ ਕੀਤੀ ਜਾਏ ਕੰਗਨਾ ਰਨੌਤ ਦੇ ਟਵੀਟ ਜਿਹੜੇ ਨੇ ਔਰ ਕਾਫੀ ਸੁਰੱਖਿਆ 'ਚ ਬਣੇ ਨੇ ਔਰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਉਹਨਾਂ ਨੂੰ ਆਪਾਂ ਬਹੁਤਾ ਕੀ ਕਹਿ ਸਕਦੇ ਹਾਂ, ਜੇ ਉਹ ਬੰਦਾ ਕਿਸੇ ਦੀ ਆਦਤ ਹੁੰਦੀ ਹਰ ਮੌਕੇ ਦੇ ਉੱਤੇ ਬਿਨਾਂ ਉਹ ਜ਼ਰੂਰ ਬੋਲੀ ਜਾਣਾ ਛੱਡਦਾ, ਇਗਨੋਰ ਕਰਨਾ ਚਾਹੀਦਾ। ਔਰ ਯੂਥ ਦੀ ਗੱਲ ਕੀਤੀ ਜਾਵੇ ਤਾਂ ਔਰ ਯੂਥ ਕਿੰਨਾ ਜਿਹੜਾ ਔਰ ਕੱਲ੍ਹ ਅੰਮ੍ਰਿਤ ਛਕੇਗਾ ਇੱਥੇ ਔਰ ਇੱਥੇ ਪ੍ਰੋਗਰਾਮ ਹੋ ਰਿਹਾ ਉਹ ਕੱਲ੍ਹ ਹੀ ਪਤਾ ਲੱਗੇਗਾ। ਠੀਕ, ਧੰਨਵਾਦ।